एक बहुत ही सत्कारयोग शख्सियत, हर वर्ग लई सच्ची हमदर्दी रखण वाले अती हर वेले परमात्मा दी रजा विच रहण वाले इंसान मास्टर रतन सिंह जी। आप जी हमेशा ही सच दे रस्ते ते चले अती सबना नाल हास के बोलना आप जी दा सुभा सी। आप हर किसी दे दुख दर्द विच सहाई हुंदे सन। आप जी बहुत ही चंगे संस्कारां दे धारनी सन अती आप जी दे चंगे संस्कारां दी झलक आप जी दे समुचे परिवार विचों देखी जा सकती है। मास्टर रतन सिंह जी अध्यापन दे किते नाल जुड़े हुए सन। आप जी ने लम्मा समा अध्यापक वजों समाज दी सेवा कीती। अज आप जी दे पढ़ाई बच्चे उच्च औहदियां ते विराजमान हन। मास्टर रतन सिंह जी हुणा ने अपने पुत पोतियां नूं भी अपने ही जेही संस्कार दिते जो सब आप जी दे नक्शे कदमां ते चलदियां होया अज आप जी दे नाम नूं उच्चियां चूक रहे हन। मास्टर रतन सिंह हुणा दी याद विच इक धार्मिक समागम दा आयोजन उन्हां दे समूह परिवार वल्लों उन्हां दे गृह पिंड बनमाजरा कुराली विखे करवाया गया, जिस विच राग सिंह वल्लों कीर्तन दी हाजरी लगवाई अते आईयां होईयां समूह संगतां नूं उस परम पिता परमात्मा दे चरणां नाल जोड़िया। Thank you.
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਓਮਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮਾਗਨ ਬਹੁਤਾ ਮਹਿਰ ਨਾ ਪਾਵੈ ਕਹਿ ਤੋ ਬਹੁਤਾ ਸੇਵਾ ਥੋਰੀ ਮਾਗਨ ਬਹੁਤਾ ਮਹਿਰ ਨਾ ਪਾਵੈ ਕਹਿ ਤੋ ਬਹੁਤਾ ਜੋ ਪ੍ਰਿਯ ਮਨ ਤਿਨ ਕੀ ਰਿਸ਼ਾ ਕੂੜੇ ਮੂਰਖ ਕੀ ਹਾਠਿਸਾਰ ਘਾਉ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮਹਿਲੀ ਨਿਕਟ ਨਾਵੈ ਅਤੀਤ ਸਦਾਈ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੈ ਮੁਖ ਰਤਾ ਕਹੋ ਨਾਨਕ ਪ੍ਰਭ ਬਿਨਾ ਸੁਨਿਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨਾ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਕਹੋ ਨਾਨਕ ਪ੍ਰਭ ਬਿਨਾ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਦਾਤੇ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਸਟਰ ਰਤਨ ਸਿੰਘ ਜੀ, ਜੇ ਆਪਾਂ ਉਹਨਾਂ ਦੇ ਜੀਵਨ ਵੱਲ ਦੇਖੀਏ, ਉਹਨਾਂ ਨੇ ਸਾਰਾ ਜੀਵਨ ਗੁਰੂ ਦੇ ਲੜ ਲਾ ਕੇ ਸਮਾਜ ਦੀ ਸੇਵਾ ਕਰਕੇ ਆਪਣਾ ਜੀਵਨ ਬਤੀਤ ਕੀਤਾ। ਮੈਂ ਤਾਂ ਮਾਸਟਰ ਜੀ ਕੋਲ ਪੜ੍ਹਿਆ, ਉਹਨਾਂ ਦਾ ਸਟੂਡੈਂਟ ਹੈ। ਹਮੇਸ਼ਾ ਉਹਨਾਂ ਜਿਹੜੀ ਗੱਲ ਕਰਨੀ, ਚੜ੍ਹਦੀ ਕਲਾ ਦੀ ਗੱਲ ਕਰਨੀ, ਹਮੇਸ਼ਾ ਹੀ ਕੋਈ ਨਾ ਕੋਈ ਸੇਧ ਦੇਣ ਦੀ ਗੱਲ ਕਰਨੀ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਸਟੂਡੈਂਟ ਜਿਹੜੇ ਇਸ ਇਲਾਕੇ ਦੇ ਹਜ਼ਾਰਾਂ ਹੀ, ਉਹਨਾਂ ਨੂੰ ਵਧੀਆ ਤਰੀਕੇ ਨਾਲ ਸੇਧ ਦੇ ਕੇ ਉਹਨਾਂ ਦਾ ਜੀਵਨ ਬਣਾਉਣ ਦੇ ਵਿੱਚ ਮਾਸਟਰ ਜੀ ਦਾ ਬਹੁਤ ਵੱਡਾ ਹੱਥ ਹੈ। ਸੋ ਆਪਾਂ ਨੂੰ ਵੀ ਜੋ ਆਪਾਂ ਜਦੋਂ ਐਸੇ ਕਿਸੇ ਪ੍ਰਾਣੀ ਦੇ ਭੋਗ 'ਤੇ ਇਕੱਠੇ ਹੁੰਦੇ ਜਾਂ ਖੁਸ਼ੀ 'ਚ ਇਕੱਠੇ ਹੁੰਦੇ, ਉੱਥੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ। ਸੋ ਮਾਸਟਰ ਜੀ ਨੇ ਸਾਰਾ ਜੀਵਨ ਆਪਣਾ ਸਮਾਜ ਭਲਾਈ 'ਚ ਲਾਇਆ। 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ, 2 ਵਾਰੀ ਸ਼ੂਗਰ ਮਿੱਲ ਮਰਿੰਡਾ ਦੇ ਡਾਇਰੈਕਟਰ ਬਣੇ ਹੈ। ਪਰ ਮਾਸਟਰ ਜੀ ਦਾ ਸਭ ਤੋਂ ਵੱਡਾ ਜਿਹੜਾ ਸੁਭਾਅ ਸੀ, ਜਿੱਥੇ ਖੜ ਗਏ ਉੱਥੇ ਹਮੇਸ਼ਾ ਉਹਨੇ ਪਹਿਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨਾਲ, ਹਮੇਸ਼ਾ ਡਟ ਕੇ ਉਹਨਾਂ ਨੇ ਪਹਿਰਾ ਦਿੱਤਾ ਅਖੀਰ ਤੱਕ। ਉਹ ਸਾਨੂੰ ਫੋਨਾਂ 'ਤੇ ਵੀ ਕਹਿੰਦੇ ਰਹੇ ਸੀ ਕਿ ਤੁਸੀਂ ਭਾਈ ਇੱਦਾਂ ਕਰੋ, ਇੱਦਾਂ ਕਰੋ, ਸੇਧ ਦਿੰਦੇ ਰਹੇ ਸਾਨੂੰ। ਸੋ ਇੱਦਾਂ ਦੇ ਜੀਵਨ ਵਾਲੇ ਬੰਦੇ ਦੀ ਆਪਾਂ ਨੂੰ ਸੇਧ ਲੈਣੀ ਚਾਹੀਦੀ ਹੈ। ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਨੈਗੇਟਿਵ ਨਾ ਜਾਂਦੇ ਹੋਏ ਆਪਣੇ ਆਪਣੇ ਪਰਿਵਾਰਾਂ 'ਚ ਇਹਨਾਂ ਗੱਲਾਂ ਦੀ ਵਿਚਾਰ ਕਰੀਏ ਕਿ ਅੱਜ ਸਾਡੇ ਪਰਿਵਾਰ ਸਿੱਖੀ ਤੋਂ ਕਿਉਂ ਪਿੱਛੇ ਹਟ ਰਹੇ ਨੇ। ਕਿਸੇ ਨਾ ਕੋਈ ਆਪਾਂ ਨੂੰ ਸੇਧ ਨਹੀਂ ਦੇਣੀ, ਆਪਾਂ ਨੂੰ ਆਪਣੇ 'ਤੇ ਵਿਚਾਰ ਕਰਨੀ ਪਊਗੀ, ਕਿਉਂਕਿ ਜੇ ਕਿਤੇ ਵੀ ਕੋਈ ਕਮੀ ਸ਼ੁਰੂ ਹੁੰਦੀ ਹੈ ਤਾਂ ਆਪਣੇ ਪਰਿਵਾਰਾਂ 'ਚ ਹੁੰਦੀ ਹੈ। ਜੇ ਨਸ਼ੇ ਵੱਲ ਜਾਂਦੇ ਹਾਂ, ਜੇ ਹੋਰ ਕੋਈ ਉਣਤਾ ਹੀ ਆਪਣੇ 'ਚ ਆਉਂਦੀ, ਸਭ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੂੰ, ਖਾਸ ਕਰਕੇ ਮਾਤਾ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਪਰਿਵਾਰ ਦਾ ਆਹ ਜਿਹੜਾ ਮੈਂਬਰ ਹੈ ਇਹ ਕਿਸੇ ਗਲਤ ਪਾਸੇ ਦੀ ਸੋਚ ਵਿੱਚ ਪਿਆ ਹੋਇਆ।
ਸੋ ਆਪਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਇਹ ਗੱਲਾਂ ਨੋਟ ਕਰਿਆ ਕਰੀਏ ਕਿ ਸਾਡੇ ਬੱਚੇ ਕੀ ਕਰ ਰਹੇ ਨੇ, ਸਾਡੇ ਬੱਚਿਆਂ ਦਾ ਕੀ ਕਾਰ ਵਿਹਾਰ ਹੈ, ਆਪਣਾ ਆਪਾਂ ਜੀਵਨ ਬਣਾਈਏ, ਫਿਰ ਆਪਾਂ ਸਮਾਜ ਦੇ ਵਿੱਚ ਸੁਧਾਰ ਲਿਆ ਸਕਦੇ। ਜੇ ਆਪਣੇ 'ਚ ਸੁਧਾਰ ਲਿਆਵਾਂਗੇ, ਆਪਣੇ ਪਰਿਵਾਰਾਂ 'ਚ ਸੁਧਾਰ ਲਿਆਵਾਂਗੇ, ਫਿਰ ਤਾਂ ਆਪਾਂ ਕੁਝ ਨਾ ਕੁਝ ਕਰ ਸਕਦੇ ਹਾਂ। ਜੇ ਦੂਜੇ ਦੇ ਪਰਿਵਾਰਾਂ ਦੀਆਂ ਕਮੀਆਂ ਕੱਢ ਕੇ ਤੁਹਮਤਾਂ ਲਾਉਣੀਆਂ, ਕਹਿਣਾ ਵੀ ਉਹ ਫਲਾਣਾ ਪਰਿਵਾਰ ਦਾ ਬੱਚਾ ਜਾਂ ਬੱਚੀ ਉਹ ਕਰ ਰਿਹਾ, ਫਿਰ ਨਹੀਂ ਕੁਛ ਹੱਲ ਹੋਣਾ। ਸੋ ਬੇਨਤੀ ਹੈ ਜਗਦੀਸ਼ ਸਿੰਘ ਜੀ, ਜਗਜੀਤ ਸਿੰਘ ਜੀ ਰਤਨਗੜ੍ਹ, ਉਹ 2 ਮਿੰਟ ਦੇ ਵਾਸਤੇ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਦੇ ਸਾਰੇ ਫੰਕਸ਼ਨ ਸਿੱਖਿਆ ਦੇਣ ਵਾਸਤੇ, ਹਰ ਫੰਕਸ਼ਨ ਜੋ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਸਾਨੂੰ ਲੈਣ ਦੀ ਲੋੜ ਹੈ। ਸੋ ਇਸ ਘੜੀ ਜਿਵੇਂ ਆਪਾਂ ਜੁੜੇ ਹਾਂ ਨਾ, ਆਪਣੀ ਵੀ ਕਿਸੇ ਨੇ ਚਰਚਾ ਕਰਨੀ ਹੈ। ਜੇ ਕੋਈ ਉਰੇ ਖੜ ਕੇ ਝੂਠੀ ਚਰਚਾ ਕਰੂ ਤਾਂ ਸੰਗਤ ਵਿੱਚ ਲਾਜ਼ਮ ਚਰਚਾ ਹੋਵੇਗੀ ਕਿ ਇਹ ਗਲਤ ਕਹਿ ਰਿਹਾ ਹੈ, ਜਾਣ ਵਾਲੇ ਪ੍ਰਾਣੀ 'ਚ ਇਹ ਗੁਣ ਨਹੀਂ ਸਨ। ਸੋ ਸਾਨੂੰ ਲੋੜ ਹੈ ਵੀ ਅਸੀਂ ਆਪਣਾ ਆਪ ਠੀਕ ਕਰੀਏ। ਉਹਦੇ ਫੈਸਲੇ ਟੱਲ ਹੈ, ਉੱਥੇ ਕਿਸੇ ਦੀ ਫਰਮਾਇਸ਼ ਨਹੀਂ ਚੱਲਣੀ, ਕਿਸੇ ਦੀ ਉੱਥੇ ਪੈਸਾ ਨਹੀਂ ਚੱਲਣਾ। ਹਰ ਰੋਜ਼ ਆਪਾਂ ਇੱਕ ਲੱਭ ਸੁਣਦੇ ਹਾਂ, ਬਹੁਤ ਮਸਾਲਾ ਵੈਸੇ ਹੁਣ ਵੀ ਪੜ੍ਹਿਆ ਕੀਰਤਨੀ ਸਿੰਘਾਂ ਨੇ, ਆਪਾਂ ਵੀ ਰੋਜ਼ ਪੜ੍ਹਦੇ ਹਾਂ ਸੁਬਹਾ ਅਤੇ ਸ਼ਾਮ, ਜਾਂ ਸਮਾਪਤੀ ਕਰਦੇ ਕਿਸੇ ਚੰਗਿਆਈਆਂ ਬੁਰਿਆਈਆਂ ਬਚਿਆ ਧਰਮ ਦੂਰ ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਘਾਲ, ਨਾਨਕ ਦੇ ਮੁੱਖ ਉਜਲ ਚੰਗਿਆਈਆਂ ਬੁਰਿਆਈਆਂ ਦੂਰੇ ਦੀ ਨਹੀਂ ਗੱਲ ਕਰੀ। ਭਾਸ਼ਾ ਆਪਣੀ ਹੈ ਜਿਹੜੀ ਆਪਣੇ ਨਾਲ ਨਿਮਣੀ ਹੈ। ਸੋ ਭਾਈ ਉਹਨਾਂ ਨੂੰ ਠੀਕ ਕਰ ਲਓ। ਫੰਕਸ਼ਨ ਕਰਦਿਆਂ ਪਾਠੀ ਸਿੰਘਾਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ, ਕੀਰਤਨੀ ਜਥੇ ਤੋਂ ਹੋ ਜਾਂਦੀਆਂ, ਸਾਡੋ ਬੋਲਦਿਆਂ ਦੇ ਹੋ ਜਾਂਦੀਆਂ। ਸੋ ਪਰਿਵਾਰ ਵੱਲੋਂ ਡਿਊਟੀ ਲੱਗੀ ਹੈ ਧੰਨਵਾਦ ਦੀ। ਸੋ ਮੈਂ ਜਿੱਥੇ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਅਤੇ ਬੁਲਾਰਿਆਂ ਦਾ, ਰਾਗੀ ਸਿੰਘਾਂ ਦਾ, ਉਹਨਾਂ ਪਾਸਾ ਵੀ ਸੱਚੇ ਪਾਤਸ਼ਾਹ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸਾਡੇ ਅਗਣਿਤ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਪ ਗੁਣ ਨਾ ਵਿਚਾਰਿਓ ਕੋਈ, ਮਾਟੀ ਚੱਕਿਆ ਤੋਪੇ ਸਵਾਮੀ ਮਾਸ ਕੀ ਗੱਤ। ਅਸੀਂ ਜੋ ਇਨਸਾਨ ਹੈ ਸਾਡੀ ਤਾਂ ਮਿੱਟੀ ਵਰਗੀ ਗੱਤ ਹੈ, ਮਿੱਟੀ ਨੂੰ ਜਿੰਨਾ ਮਰਜ਼ੀ ਕੋਈ ਧੋਈ ਜਾਵੇ ਉਹ ਸਾਫ਼ ਨਹੀਂ ਹੋ ਸਕਦੀ। ਸੋ ਸਾਡਾ ਤਾਂ ਉਹਦੇ ਨਾਲ ਮੇਲ ਜੋਲ ਹੈ, ਇਹ ਕਿਰਪਾ ਕਰਨ ਪਾਤਸ਼ਾਹ ਕਿ ਸਾਡੇ ਤੋਂ ਚੰਗਾਈਆਂ ਹੋਣ, ਫਿਰ ਅਸੀਂ ਕਿਸੇ ਦੀ ਫਰਮਾਇਸ਼ ਨਾ ਭਾਲੀਏ। ਪਾਤਸ਼ਾਹ ਨੇ ਸਾਰੀਆਂ ਗੱਲਾਂ ਸਾਨੂੰ ਦੱਸਤੀਆਂ, ਗੁਰਮੁਖ ਜਨਮ ਸੁਧਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲਿਆ ਉੱਥੇ ਮਿਲ ਜਾਣਾ। ਇੱਥੇ ਭਾਵੇਂ ਕੋਈ ਕੁਛ ਕਹੀ ਜਾਵੇ, ਕੋਈ ਗਾਲਾਂ ਕੱਢੀ ਜਾਵੇ, ਕੋਈ ਫਕਾਊ ਕਹੀ ਜਾਵੇ, ਉਹਨੂੰ ਸਾਰਾ ਘੱਟ ਘੱਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀਤੀ। ਸੋ ਫਿਰ ਸਾਰਿਆਂ ਦਾ ਬਹੁਤ ਪ੍ਰਿੰਸੀਪਲ ਸਾਹਿਬਾਨ ਬੈਠੇ ਹੈ ਜੋ ਬਹੁਤ ਹੀ ਸੂਝਵਾਨ ਹੈ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ, ਉਹ ਚੁੱਕਦੇ ਕਮਾ ਸੱਚੇ ਪਾਤਸ਼ਾਹ ਮਾਫ ਕਰੀ ਸਮਤ ਦਈ, ਤੇਰੇ ਸਵਾਸ ਅਸੀਂ ਚੰਗੇ ਪਾਸੇ ਲਾ ਸਕੀਏ ਸਾਰੇ ਰਲ ਮਿਲ ਕੇ, ਜੋ ਤੇਰਾ ਗਿਆਨ ਹੈ ਉਹਦੇ 'ਤੇ ਚੱਲਣ ਦਾ ਪਹਿਰਾ ਦੇ ਸਕੀਏ। ਸੰਭਲ ਸਾਹ ਲਿਖਿਆ ਮਿਲ ਕਰ ਪਾਓ ਤੇਲ, ਦੇਵ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਸੁਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।